ਜੇ ਸਾਡੇ ਬਾਬਾ ਦਾਸ ਸਿੰਘ ਤਕਰੀਬਨ ਚੌਥੀ ਪੁਸ਼ਤ ਪਹਿਲ ਤੇ ਮਹੰਤ ਰਘੁਨਾਥ ਇਹ ਸਰਦਾਰ ਰਣਜੀਤ ਸਿੰਘ ਦੇ ਨਾਲ ਵੀ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਨ। ਠੀਕ, ਇਹ ਮੇਰੇ ਵਾਲਦ ਨੇ ਮਹੰਤ ਮਨੋਹਰ ਦਾਸ। ਇਹ ਮਨੋਹਰ ਦਾਸ ਸਾਹਿਬ ਦੀ ਫੋਟੋ ਹੈ। ਠੀਕ ਠੀਕ ਠੀਕ, ਇਹ ਨਾਲ ਮੇਰੀ ਤਸਵੀਰ ਹੈ ਜੀ। ਠੀਕ ਹੋ ਗਿਆ। ਇਹ ਮਹੰਤ ਸੁਰਿੰਦਰ ਨਾਥ ਮੁਲਾਪੁਰ ਵਾਲੇ। ਮਹੰਤ ਸੁਰਿੰਦਰ ਨਾਥ ਮੁਲਾਪੁਰ। ਆਪਾਂ ਕਿਸੇ ਨੂੰ ਇੱਥੇ ਗਲਤ ਵੀ ਨਹੀਂ ਕਹਿ ਸਕਦੇ ਕਿਉਂਕਿ ਉਸ ਵੇਲੇ ਵਕਤ ਹੀ ਐਸਾ ਬਣ ਗਿਆ। ਜੇ ਲੋਕ ਉਜੜਦੇ ਨਾ ਆਪੋ ਆਪਣੇ ਘਰਾਂ 'ਚ ਬੈਠੇ ਰਹਿੰਦੇ ਤਾਂ ਸ਼ਾਇਦ ਇਹੋ ਜਿਹੇ ਜਿਹੜੀਆਂ ਥਾਵਾਂ ਨੇ ਉਹ ਕਦੀ ਬਰਬਾਦ ਹੀ ਨਾ ਹੁੰਦੀਆਂ। ਇਹ ਜੀ ਲਹਿੰਦੇ ਪੰਜਾਬ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿ ਅਮੂਮਨ ਆਪਾਂ ਵੇਖਦੇ ਹਾਂ ਕਿ ਮੈਂ ਆਪਣੇ ਨਨਕਾਣਾ ਸਾਹਿਬ ਸ਼ਹਿਰ ਦੀ ਗੱਲ ਕਰਾਂ ਅਤੇ ਭਰਤੀਆਂ ਪਾ ਪਾ ਕੇ ਸ਼ਹਿਰ ਉੱਚਾ ਕਰ ਦਿੰਦਾ। ਹੁਣ ਨਨਕਾਣਾ ਸੱਠ ਗੁਰਦੁਆਰੇ ਨੇ, ਹੋਰ ਪੁਰਾਣੀਆਂ ਐਸੀਆਂ ਥਾਵਾਂ ਨੇ, ਹੁਣ ਉਹ ਸ਼ਹਿਰ ਉਹ ਉੱਪਰ ਕਰ ਰਹੇ ਨੇ ਬਗੈਰ ਕਿਸੇ ਸਿਸਟਮ ਤੋਂ, ਜਿਹਦੇ ਰਾਹੀਂ ਕੀ ਹੋ ਰਿਹਾ ਗੁਰਦੁਆਰੇ ਥੱਲੇ ਹੋ ਰਹੇ ਨੇ, ਬਾਰਿਸ਼ਾਂ ਹੁੰਦੀਆਂ ਨੇ, ਪਾਣੀ ਫਿਰ ਇਮਾਰਤਾਂ ਨੂੰ ਖਰਾਬ ਕਰਦਾ। ਫਰੈਸਕੋਜ਼ ਅਮੂਮਨ ਮੈਂ ਵੇਖਿਆ ਸਮਾਧਾਂ ਦੇ ਉੱਪਰ ਕਾਫੀ ਫਰੈਸਕੋਜ਼ ਬਣੇ ਹੁੰਦੇ ਨੇ, ਵੇਖ ਲਓ ਇੱਧਰ ਉੱਪਰ, ਅਤੇ ਅਮੂਮਨ ਲੋਕ ਇਹਦੇ ਉੱਪਰ ਲਿਖਾਈ ਕਰ ਦਿੰਦੇ ਆ ਕਿ ਪਤਾ ਨਹੀਂ ਇਹ ਕੀ ਚੀਜ਼ ਬਣੀ ਹੈ। ਅਤੇ ਪੁਰਾਣੇ ਜ਼ਮਾਨੇ 'ਚ ਜਦੋਂ ਤਸਵੀਰ ਦਾ ਕੋਨਸੈਪਟ ਨਹੀਂ ਹੁੰਦਾ ਸੀ, ਅਗਰ ਤੁਸੀਂ ਬਾਹਰਲੇ ਮੁਲਕਾਂ 'ਚ ਚਲ ਜਾਓ ਤਾਂ ਉੱਥੇ ਵੀ ਫਰੈਸਕੋਜ਼ ਦੀ ਜਿਹੜੀ ਸੀ ਉਹ ਤੁਹਾਨੂੰ ਵਾਕਿਆ ਜ਼ਰੂਰ ਮਿਲਦੀਆਂ ਨੇ। ਇਹਦੇ ਉੱਪਰ ਕਲਸ਼ ਵੀ ਲੱਗਾ ਸੀ ਜੀ? ਕਲਸ਼ ਲੱਗਾ। ਇਹ ਕਿੰਨੀ ਦੇਰ ਤੱਕ ਕਲਸ਼ ਲੱਗਾ ਹੋਇਆ ਸੀ? ਇਹ ਤਕਰੀਬਨ 70 ਤੱਕ ਰਿਹਾ। ਉੱਪਰ ਤੁਹਾਨੂੰ ਸੰਤਾਂ ਦੀ ਮਹੰਤਾਂ ਦੀ ਜਿਹੜੀ ਫੋਟੋਜ਼ ਨੇ ਉਹ ਨਜ਼ਰ ਆ ਜਾਣਗੀਆਂ ਔਰ ਕਿਤਨੀ ਉਸ ਵੇਲੇ ਮਹਾਰਤ ਦੇ ਨਾਲ ਇਸ ਚੀਜ਼ ਨੂੰ ਬਣਾਇਆ ਗਿਆ ਸੀ। ਲੇਕਿਨ ਇਹਦੇ ਉੱਪਰ ਸਮਟਾਈਮਸ ਲੋਕ ਇਸ ਇਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ ਕਿ ਲੋਕ ਇਹਨਾਂ ਚੀਜ਼ਾਂ ਤੋਂ ਕਾਫੀ ਨਫ਼ਰਤ ਕਰਦੇ ਨੇ ਅਤੇ ਉਹ ਨਫ਼ਰਤ ਦੀ ਵਜ੍ਹਾ ਤੋਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿਟਾਉਣੀਆਂ ਪਈਆਂ। ਸੋ ਇਹ ਵੇਖੋ ਤੁਸੀਂ ਸਾਹਮਣੇ, ਸੋ ਆਹ ਦਰਵਾਜ਼ਿਆਂ ਦੇ ਉੱਪਰ ਹਿੰਦੂ ਜਾਂ ਸਿੱਖ ਲੋਕ ਇੱਥੇ ਜਾ ਚੁੱਕੇ ਨੇ। ਇਹ ਤਾਰੀਖ ਹੁਣ ਇਹ ਵਿਰਸਾ ਹੁਣ ਪਾਕਿਸਤਾਨ ਦਾ ਹੈ, ਇਸ ਧਰਤੀ ਦਾ ਵਿਰਸਾ ਹੈ। ਇਹ ਹੁਣ ਇਸ ਧਰਤੀ ਦੇ ਵਾਸੀਆਂ 'ਤੇ ਡਿਪੈਂਡ ਕਰਦਾ ਕਿ ਉਹ ਇਹਨੂੰ ਬਚਾਉਣਾ ਚਾਹੁੰਦੇ ਨੇ ਜਾਂ ਨਹੀਂ। ਅਗਰ ਉਹ ਖਤਮ ਕਰਨਗੇ ਤਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਵੀ ਸ਼ਾਮਿਲ ਹੋਏਗਾ ਕਿ ਇਹ ਤਾਰੀਖ ਦੇ ਪੰਨੇ ਜਿਹੜੇ ਨੇ ਇਹਨਾਂ ਲੋਕਾਂ ਨੇ ਖਤਮ ਕੀਤੇ ਆਪ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਅਸੀਂ ਪੁਰਾਣਾ ਜਿਹੜਾ ਵਸੇਬ ਹੈ ਲਹਿੰਦੇ ਪੰਜਾਬ ਦੇ ਵਿੱਚ, ਪੁਰਾਣੇ ਗੁਰਦੁਆਰੇ, ਗੁਰਧਾਮ, ਮੰਦਰ, ਪੁਰਾਣੇ ਬੇ ਮਸੀਤਾਂ, ਹੋਰ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਥਾਵਾਂ ਜੋ ਇਤਿਹਾਸ ਨਾਲ ਜੁੜੀਆਂ ਨੇ ਉਹ ਆਪ ਜੀ ਦੇ ਰੂਬਰੂ ਕਰਦੇ ਰਹਿੰਦੇ ਹਾਂ। ਇੱਕ ਕੋਸ਼ਿਸ਼ ਹੈ ਕਿ ਉਹ ਇਤਿਹਾਸ ਜੋ ਵੰਡ ਵੇਲੇ 47 ਵੇਲੇ ਟੁੱਟ ਚੁੱਕਿਆ ਹੈ, ਕਿਉਂਕਿ ਇਸ ਵੇਲੇ ਲਹਿੰਦੇ ਪੰਜਾਬ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਸੋ ਐਸੇ ਬਹੁਤ ਸਾਰੇ ਅਸਥਾਨ ਨੇ ਜੋ ਵਿਛੜ ਚੁੱਕੇ ਨੇ ਔਰ ਇਹਨਾਂ ਅਸਥਾਨਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਥਾਵਾਂ ਵੀ ਆਉਂਦੀਆਂ ਨੇ ਜੋ ਪਿੰਡਾਂ ਦੇ ਵਿੱਚ ਨੇ, ਬਹੁਤ ਦੂਰ ਨੇ। ਸੋ ਉਹਨਾਂ ਤੱਕ ਵਸੇਬ ਜਿਹੜਾ ਹੈ ਨਹੀਂ ਪਹੁੰਚ ਸਕਿਆ ਔਰ ਪਿਛਲੇ ਕਾਫੀ ਅਰਸੇ ਤੋਂ ਇਹ ਥਾਵਾਂ ਆਪਣੇ ਲੋਕਾਂ ਨਾਲ ਨਹੀਂ ਜੁੜ ਸਕੀਆਂ। ਸੋ ਮੈਂ ਇੱਕ ਇਤਿਹਾਸ ਦੇ ਇੱਕ ਐਸੇ ਬਾਪ ਦੇ ਵਿੱਚ ਅੱਜ ਖਲੋਤਾ ਵਾਂ ਜਿਹਨੂੰ ਬਹੁਤ ਸਾਰੇ ਸ਼ਾਇਦ ਸਿੱਖ ਵੀ ਸੁਣਨਾ ਨਹੀਂ ਚਾਹਣਗੇ, ਲੇਕਿਨ ਜਦੋਂ ਆਪਾਂ ਇੱਕ ਸਟੂਡੈਂਟ ਹੁੰਦੇ ਹਾਂ ਇਤਿਹਾਸ ਦੇ ਤਾਂ ਅਸੀਂ ਹਰ ਚੀਜ਼ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਉਸ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਮੈਂ ਇੱਕ ਡੇਰੇ ਤੋਂ ਬਾਹਰ ਹੈਗਾ, ਇਹ ਡੇਰਾ ਮਹੰਤਾਂ ਦਾ ਹੈਗਾ ਔਰ ਪਿੰਡ ਹੈਗਾ ਜੀ ਸੈਦਪੁਰ, ਇਹਨੂੰ ਸੈਦਪੁਰ ਵੀ ਕਹਿੰਦੇ ਨੇ। ਇਹ ਕਸੂਰ ਦਾ ਇਲਾਕਾ ਹੈ ਜੀ ਔਰ ਕਸੂਰ ਦਾ ਇਲਾਕੇ ਦੀ ਬੜੀ ਹਿਸਟਰੀ ਲਈ ਹੈ। ਜੇ ਖਾਲਸਾ ਰਾਜ ਦੀ ਗੱਲ ਕਰੀਏ, ਖਾਲਸਾ ਰਾਜ ਤੋਂ ਪਹਿਲੇ ਦੀ ਗੱਲ ਕਰੀਏ, ਨਕਈ ਮਿਸਲ, ਆਲੂ ਵਾਲੀਆ ਮਿਸਲ ਇਸੇ ਹੀ ਇਲਾਕੇ ਦੀ ਸੀਗੀ। ਬੜਾ ਜ਼ਰਖੇਜ਼ ਇਲਾਕਾ ਹੈ, ਬੜਾ ਖੂਬਸੂਰਤ ਇਲਾਕਾ ਹੈ, ਕਿਉਂਕਿ ਇੱਕ ਪਾਸੇ ਦਰਿਆਏ ਸਤਲੁਜ ਔਰ ਬਿਆਸ ਇਕੱਠਾ ਹੁੰਦਾ ਅਤੇ ਦੂਜੇ ਪਾਸੇ ਰਾਵੀ ਹੈ। ਸੋ ਦੋ ਤਿੰਨ ਦਰਿਆਵਾਂ ਦੇ ਲਾਗੇ ਲਾਗੇ ਇਲਾਕਾ ਹੈ, ਜਿਸ ਕਰਕੇ ਇਹ ਬਹੁਤ ਜ਼ਿਆਦਾ ਜ਼ਰਖੇਜ਼ ਹੈ। ਮਾਝੇ ਦੇ ਕਰੀਬ ਕਰੀਬ ਹਟਾਰ ਦਾ ਇਲਾਕਾ ਵੀ ਇਹਨੂੰ ਆਖਿਆ ਜਾਂਦਾ ਹੈ
ਔਰ ਇਸੇ ਹੀ ਇਲਾਕੇ ਦੇ ਵਿੱਚ ਜ਼ਾਹਰ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਿੱਖ ਧਰਮ ਨੂੰ ਫੈਲਾਵਣ ਦੇ ਵਿੱਚ ਉਦਾਸੀ ਪੰਥ ਉਦਾਸੀ ਫਿਰਕੇ ਦਾ ਬੜਾ ਅਹਿਮ ਰੋਲ ਰਿਹਾ ਜਿਹਨੂੰ ਚਲਾਇਆ ਸੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਜੀ ਬਾਬਾ ਸ਼੍ਰੀ ਚੰਦ ਜੀ ਨੇ ਔਰ ਬਾਬਾ ਸ਼੍ਰੀ ਚੰਦ ਜੀ ਤੋਂ ਬਾਅਦ ਉਹਨਾਂ ਦੀ ਗੱਦੀ ਬਾਬਾ ਗੁਰਦਿੱਤਾ ਜੀ ਕੋਲ ਗਈ ਬਾਬਾ ਜੀ ਗੁਰਦਿੱਤਾ ਜੀ ਤੋਂ ਬਾਅਦ ਇਹ ਬਹੁਤ ਲੰਬਾ ਚੌੜਾ ਇਹਨਾਂ ਦਾ ਇਤਿਹਾਸ ਹੈ ਮਹੰਤਾਂ ਦਾ ਚੂੰਕਿ ਖਾਲਸਾ ਰਾਜ ਦੇ ਵਿੱਚ ਵੀ ਮਹੰਤਾਂ ਨੂੰ ਬੜਾ ਆਦਰ ਸਤਿਕਾਰ ਬੜਾ ਮਾਨ ਸਨਮਾਨ ਦਿੱਤਾ ਗਿਆ ਸਾਰੇ ਗੁਰਦੁਆਰੇ ਗੁਰਧਾਮ ਇਹਨਾਂ ਕੋਲ ਹੀ ਸਨ ਅਗਰ ਸਾਕਾ 1921 ਤੋਂ ਪਹਿਲੇ ਵੇਖਿਆ ਜਾਵੇ ਤਾਂ ਮਹੰਤਾਂ ਦਾ ਇੱਕ ਸਵਰੂਪ ਜਿਹੜਾ ਹੈ ਉਹ ਦੁਨੀਆ ਦੇ ਸਾਹਮਣੇ ਅਲੱਗ ਸੀ ਇਤਿਹਾਸ ਦੇ ਵਿੱਚ ਅਲੱਗ ਸੀ ਮੈਂ ਦੱਸਦਾ ਜਾਵਾਂ ਕਿ ਇਹ ਕੋਈ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ ਕਿ ਤੁਸੀਂ ਕੋਈ ਵੀ ਚੀਜ਼ ਇੰਗਲੈਂਡ ਕਨੇਡਾ ਦੇ ਵਿੱਚ ਜਾਂ ਕਿਧਰੇ ਬਹਿ ਕੇ ਖਾਂਦੇ ਹੋ ਔਰ ਸ਼ਾਮ ਨੂੰ ਪੂਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕੋਈ ਚੀਜ਼ ਖਾਧੀ ਹੈ ਉਸ ਦੌਰ ਦੇ ਵਿੱਚ ਕਿਸੇ ਵੀ ਮਹਾਤਮਾ ਦਾ ਨਾਮ ਕਿਸੇ ਵੀ ਵੱਡੇ ਬੰਦੇ ਦਾ ਨਾਮ ਬਹੁਤ ਦੇਰ ਬਾਅਦ ਦੁਨੀਆ ਤੱਕ ਪਹੁੰਚਦਾ ਸੀ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਧਰਮ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਉਦਾਸੀ ਪੰਥ ਨੇ ਬੜਾ ਅਹਿਮ ਰੋਲ ਅਦਾ ਕੀਤਾ ਵਕਤ ਦੇ ਨਾਲ ਨਾਲ ਉਹ ਲੋਕ ਜੁੜੇ ਨਹੀਂ ਰਹਿ ਸਕੇ ਲੇਕਿਨ ਉਹਨਾਂ ਦੇ ਡੇਰੇ ਹਜੇ ਵੀ ਲੈਂਦੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਚ ਕਾਇਮ ਨੇ ਮੈਂ ਇੱਕ ਐਸੇ ਹੀ ਡੇਰੇ 'ਤੇ ਮੌਜੂਦ ਹਾਂ ਜੋ ਸੈਦਪੁਰ ਦੇ ਵਿੱਚ ਹੈ ਸੋ ਇਸ ਡੇਰੇ ਦਾ ਜੋ ਇਤਿਹਾਸ ਹੈ ਉਹ ਆਪ ਜੀ ਦੇ ਰੂਬਰੂ ਕਰਾਂਗੇ ਨਾਲ ਤੁਹਾਨੂੰ ਇਤਿਹਾਸ ਵੀ ਵਿਖਾਵਾਂਗੇ ਬਾਅਦ 'ਚ ਆਪਾਂ ਕੋਸ਼ਿਸ਼ ਕਰਾਂਗੇ ਕਿ ਅੰਦਰ ਜੋ ਇੱਕ ਸਾਡੇ ਕੋਲ ਬਜ਼ੁਰਗ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ ਸੋ ਆਓ ਤੁਹਾਨੂੰ ਇਹ ਅੰਦਰੋਂ ਸਾਰਾ ਡੇਰਾ ਜਿਹੜਾ ਹੈ ਉਹ ਵਿਖਾਉਂਦੇ ਹਾਂ ਫਿਰ ਇੱਕ ਸਮਾਧ ਹੈ ਪੁਰਾਣੀ ਉਹ ਵੀ ਆਪ ਜੀ ਦੇ ਰੂਬਰੂ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਹੋ ਸਾਡੇ ਨਾਲ ਮੌਜੂਦ ਨੇ ਇੱਕ ਹਿਸਟਰੀ ਦਾ ਇੱਕ ਬਹੁਤ ਖੂਬਸੂਰਤ ਬਾਬ ਅੱਜ ਅਸੀਂ ਖੋਲਾਂਗੇ ਜੀ ਤੁਹਾਡਾ ਸ਼ੁਭ ਨਾਮ ਜੀ ਮੁਨੱਵਰ ਹੁਸੈਨ ਮੁਨੱਵਰ ਹੁਸੈਨ ਤੁਹਾਡੇ ਪਿਤਾ ਜੀ ਦਾ ਨਾਮ ਮੁਸਲਮਾਨ ਹੋਣ ਤੋਂ ਬਾਅਦ ਗੁਲਾਮ ਰਸੂਲ ਸੀ ਅੱਛਾ ਉਸ ਤੋਂ ਪਹਿਲੇ ਮਹੰਤ ਮਨੋਹਰ ਦਾਸ ਸਾਧ ਉਦਾਸੀ ਉਦਾਸੀ ਸਿਲਸਿਲੇ ਨਾਲ ਉਦਾਸੀ ਸਿਲਸਿਲੇ ਨਾਲ ਤਾਲੁਕ ਸੀ ਔਰ ਮਹੰਤ ਮਨੋਹਰ ਦਾਸ ਮਹੰਤ ਮਨੋਹਰ ਦਾਸ ਜੀ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਜੋ 47 ਵੇਲੇ ਵੰਡ ਵੇਲੇ ਮੁਸਲਮਾਨ ਹੋ ਗਏ ਸੀ ਸੋ ਆਓ ਸਭ ਤੋਂ ਪਹਿਲਾਂ ਡੇਰਾ ਵੇਖਦੇ ਹਾਂ ਨਾਲ ਇਹਨਾਂ ਨਾਲ ਹੋਰ ਵੀ ਗੱਲਬਾਤ ਦੀ ਸਾਂਝ ਜਿਹੜੀ ਹੈ ਉਹ ਹੁੰਦੀ ਰਹੇਗੀ ਇਹ ਪੁਰਾਣੀ ਦੀਵਾਰ ਹੈ ਜਿਸ ਤੇ ਅੱਛਾ ਇਹ ਜੀ ਪੁਰਾਣਾ ਡੇਰਾ ਸੀ ਇਹ ਡੇਰਾ ਟੋਟਲ ਡੇਰਾ ਹੈ ਅੱਛਾ ਅੱਛਾ ਇਹ ਤਾਂ ਬਹੁਤ ਬਹੁਤ ਵੱਡਾ ਹੈ ਉੱਥੋਂ ਲੈ ਕੇ ਪੂਰਾ ਕਿਲਾ ਲੱਗਦਾ ਹੈ ਉੱਪਰੋਂ ਜੀ ਬਿਲਕੁਲ ਕਾਫੀ ਵੱਡਾ ਸੀ ਬਲਕਿ ਇਸ ਤੋਂ ਵੀ ਅੱਗੇ ਸੀ ਅੱਛਾ ਪਾਰਟੀਸ਼ਨ ਤੋਂ ਬਾਅਦ ਤਕਰੀਬਨ ਸਹੀ ਆਓ ਜੀ ਇਹ ਡੇਰਾ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਜਿੱਦਾਂ ਛੋਟੀ ਇੱਟ ਲੱਗੀ ਹੋਈ ਹੈ ਔਰ ਮੇਰੇ ਖਿਆਲ ਸੀਮੈਂਟ ਦਾ ਕੰਮ ਨਹੀਂ ਹੋਇਆ ਇਹਦੇ 'ਚ ਚੂਨਾ 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 ਅਤੇ ਇਹ ਤਾਂ 200 ਸਾਲ ਜ਼ਿਆਦਾ ਹੋ ਗਿਆ ਤਕਰੀਬਨ 3 ਸਾਲ ਤੋਂ ਉੱਤੇ ਹੀ ਹੋ ਗਏ 300 ਸਾਲ ਤੋਂ ਉੱਤੇ ਹੀ ਹੋ ਗਏ 300 ਸਾਲ ਤੋਂ ਉੱਪਰ ਹੋ ਗਿਆ ਇਹ ਡੇਰਾ ਬਣੇ ਹੋਏ ਨੇ ਸਹੀ 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 ਅੱਛਾ ਕਾਫੀ ਉੱਚਾਈ ਗਹਿਰਾ ਸੀ ਉੱਚਾ ਕੀਤਾ ਗਿਆ ਸਹੀ 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 ਤੁਹਾਡਾ ਜਨਮ 1948 47 ਤੋਂ ਬਾਅਦ ਦਾ ਠੀਕ 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 ਕਿੱਦਾਂ ਤੁਸੀਂ ਤੁਹਾਡਾ ਪਰਿਵਾਰ ਰਹਿ ਗਿਆ ਸੀ ਇੱਥੇ ਨਹੀਂ ਸਾਰਾ ਮਾਈਗ੍ਰੇਟ ਕਰ ਗਿਆ ਇੰਡੀਆ ਸਾਰਾ ਮਾਈਗ੍ਰੇਟ ਕਰ ਗਿਆ ਇੱਕ ਤੁਹਾਡੇ ਪਿਤਾ ਜੀ ਰਹਿ ਗਏ ਸੀ ਮਹੰਤ ਮਨੋਹਰ ਦਾਸ ਜੀ ਠੀਕ 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 ਸਹੀ ਅਤੇ ਇਹ ਇਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੌਜੂਦ ਨੇ ਇਸ ਡੇਰੇ ਦੇ ਵਿੱਚ ਤਕਰੀਬਨ ਗਿਰ ਗਿਆ ਸੀ ਮੈਂ ਫਿਰ ਕੋਸ਼ਿਸ਼ ਕੀਤੀ ਕਿ ਜਿਹਨਾਂ ਬਚ ਸਕਦਾ ਉਹਨੂੰ ਬਚਾ ਲਈ ਇਹ ਡੇਰੇ ਦੇ ਨਾਂ 'ਤੇ ਕੋਈ ਜਾਗੀਰ ਵੀ ਹੈਗੀ ਨਹੀਂ ਜਾਗੀਰ ਨਹੀਂ ਅੱਛਾ ਜ਼ਮੀਨ ਨਹੀਂ ਅੱਛਾ ਅਤੇ ਤੁਹਾਡੇ ਵੱਡਿਆਂ ਦੇ ਨਾਂ 'ਤੇ ਸੀ ਜ਼ਮੀਨ ਅੱਛਾ ਅੱਛਾ ਕਿੰਨੇ 100 ਮੁਰੱਬੇ ਦੇ ਕਰੀਬ ਕਰੀਬ ਤਕਰੀਬਨ 2500 ਏਕੜ ਜ਼ਮੀਨ ਨਹੀਂ 2000 ਦੇ ਕਰੀਬ 2000 ਦੇ ਕਰੀਬ ਜ਼ਮੀਨ ਸੀ ਸਹੀ ਸਹੀ
ਠੀਕ ਹੋ ਗਿਆ। ਅਤੇ ਇਹ ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਦਾ ਨਾਮ ਤੁਸੀਂ ਦੱਸਿਆ, ਮਨੋਹਰ ਦਾਸ ਜੀ, ਦਾਦਾ ਜੀ ਦਾ ਕੀ ਨਾਂ ਸੀ? ਮਹੰਤ ਮਾਘੀ ਦਾਸ। ਠੀਕ। ਇਹ ਸਾਰੇ ਹੀ ਮਹੰਤਾਂ ਦੇ ਨਾਲ? ਮਹੰਤ ਮਾਘੀ ਦਾਸ ਤੋਂ ਬਾਅਦ ਮਹੰਤ ਸੁੰਦਰ ਨਾਥ, ਉਸ ਤੋਂ ਪਹਿਲੇ ਮਹੰਤ ਰਾਮ ਨਾਰਾਇਣ ਜੀ, ਮਹੰਤ ਜੈ ਪ੍ਰਕਾਸ਼, ਮਹੰਤ ਰਾਮ ਪ੍ਰਸ਼ਾਦ। ਅੱਛਾ, ਆਪਾਂ ਥੋੜ੍ਹਾ ਜਿਹਾ ਅੰਦਰੋਂ ਹੀ ਵੇਖ ਸਕਦੇ? ਬਿਲਕੁਲ। ਅੱਛਾ, ਉਹ ਦੀਵਾਰ ਸਟਿਲ ਸਾਡੇ ਨਾਲ ਨਾਲ ਚੱਲਦੀ ਆ ਰਹੀ ਹੈ ਔਰ ਕਾਫੀ ਲੰਬਾ ਲੱਗ ਰਿਹਾ, ਤੇ ਇਹਦੇ ਅੰਦਰ ਕਾਫੀ ਕਮਰੇ ਸੀ ਜਾਂ? ਇਹ ਬਰਾਮਦਾ ਸੀ, ਇਹਦੇ ਪਿੱਛੇ ਕਮਰੇ ਸੀ। ਅੱਛਾ ਅੱਛਾ ਅੱਛਾ। ਸੋ ਆਪਾਂ ਇਹ ਅੰਦਰ ਆ ਗਏ ਔਰ ਤੁਸੀਂ ਵੇਖ ਸਕਦੇ ਹੋ ਕਿ ਜੋ ਆਪਾਂ ਪੁਰਾਣੇ ਗੁਰਦੁਆਰੇ 'ਚ, ਪੁਰਾਣੇ ਮਸੀਤਾਂ 'ਚ ਵੇਖਦੇ ਹਾਂ ਕਿ ਇੱਕ ਨਾਨਕਸ਼ਾਹੀ ਇੱਟ ਜਿਹੜੀ ਹੈ ਲੱਗੀ ਹੁੰਦੀ ਹੈ। ਸੋ ਇਹ ਸਰਕਾਰੀ ਖਾਲਸਾ ਵੇਲੇ ਜਦੋਂ ਥੋੜ੍ਹਾ ਜਿਹਾ ਪੁਰਾਣਾ ਜਦੀਦ ਸਿਸਟਮ ਹੋ ਗਿਆ ਅਤੇ ਉਹਦੇ ਵਿੱਚ ਇੱਟ ਇਹ ਇਸਤੇਮਾਲ ਹੁੰਦੀ ਸੀ, ਲੇਕਿਨ ਉਸਦੇ ਵੇਲੇ ਇੰਨੀ ਤਰੱਕੀ ਨਹੀਂ ਸੀ ਕਿ ਉਹਦੇ ਵਿੱਚ ਸੀਮਟ ਆ ਗਿਆ ਹੋਵੇ ਜਾਂ ਉਸ ਵੇਲੇ ਜਿਹੜਾ ਹੈ, ਕਿਉਂਕਿ ਇਹ ਗੋਰੇ ਬਾਕੀ ਚੀਜ਼ਾਂ ਲੈ ਕੇ ਆਏ। ਸੋ ਇਹ ਕਾਫੀ ਇੱਕ ਲੰਬੀ ਦੀਵਾਰ ਹੈ, ਇਸ ਪਾਸੇ ਵੀ ਹੈ ਔਰ ਮੇਰਾ ਖਿਆਲ ਹੈ ਇਹੀ ਤੁਹਾਡੇ ਕੋਲ ਆਖਰੀ ਨਿਸ਼ਾਨੀ ਹੈ? ਜੀ ਬਿਲਕੁਲ, ਆਖਰੀ ਨਿਸ਼ਾਨੀ। ਕੋਈ ਇਸ ਤੋਂ ਇਲਾਵਾ ਕੋਈ ਕਿਧਰੇ ਕੁਛ ਲਿਖਿਆ ਹੋਵੇ ਜਾਂ ਕੋਈ ਚੀਜ਼? ਨਹੀਂ, ਕੋਈ ਤਫਸੀਲ? ਹਰ ਚੀਜ਼ ਮਿਟ ਗਈ ਸੀ ਸਾਰੇ, ਜੋ ਪਾਰਟੀਸ਼ਨ ਬਗੈਰ, ਕਿਉਂਕਿ ਅਸੀਂ ਇਤਨਾ ਜਿਹੜਾ ਨਾ ਦੇ ਆ ਕੇ ਜਦੋਂ ਅਸੀਂ ਇੱਥੇ ਆਏ ਹਾਂ, ਉਹ ਅਸੀਂ ਤਕਰੀਬਨ 60 ਦੇ ਕਰੀਬ ਆਏ ਹਾਂ, ਉਹ ਇਸ ਤਰ੍ਹਾਂ ਨਾਲ ਹਰ ਚੀਜ਼ ਖਤਮ ਹੋ ਚੁੱਕੀ ਸੀ। ਅੱਛਾ, ਤੁਸੀਂ 60 ਦੇ ਕਰੀਬ ਆਇਓ, ਕਿੱਧਰੋਂ ਆਇਓ ਤੁਸੀਂ? ਉਸ ਡਿਸਟ੍ਰਿਕਟ ਕਾਲਜ ਤੋਂ। ਤੁਹਾਡਾ ਪਿੰਡ ਉੱਥੇ ਸੀ? ਰਾਮ ਪ੍ਰਸ਼ਾਦ, ਤਹਿਸੀਲ ਦਿਵਾਲਪੁਰ। ਪਿੰਡ ਦਾ ਨਾਮ ਰਾਮ ਪ੍ਰਸ਼ਾਦ ਹੈ? ਤੁਸੀਂ ਉੱਥੇ ਰਹਿੰਦੇ ਸੀ, ਇੱਥੇ ਤੁਹਾਡਾ ਡੇਰਾ ਸੀ ਬਜ਼ੁਰਗਾਂ ਦਾ? ਅੱਛਾ ਅੱਛਾ ਅੱਛਾ। ਉੱਥੇ ਤੁਹਾਡੀ ਜ਼ਮੀਨ ਸੀ? ਕਿੰਨੀ ਜ਼ਮੀਨ? ਉਹ ਪੂਰਾ ਪਿੰਡ ਹੀ। ਪੂਰਾ ਪਿੰਡ ਹੀ ਤੁਹਾਡਾ ਹੈ? ਸਹੀ ਸੀ, ਮਤਲਬ ਉੱਥੇ ਵੀ ਜ਼ਮੀਨ ਹੈ ਸੀ, ਇੱਥੇ ਵੀ ਹੈ ਸੀ, ਮਗਰ ਡੇਰਾ ਇੱਥੇ ਸੀ, ਲੰਗਰ ਇੱਥੇ ਚੱਲਦਾ ਸੀ। ਅੱਛਾ, ਵੈਸੇ ਵੀ ਜਿਹੜੇ ਉਦਾਸੀ ਪੰਥ ਨੇ ਲੰਗਰ 'ਤੇ ਬਹੁਤ ਬਿਲੀਵ ਕਰਦੇ? ਜੀ ਬਿਲਕੁਲ। ਸਹੀ। ਅੱਛਾ ਜੀ, ਇਹ ਕਿੰਨੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਜੀ? ਇਹ ਤਸਵੀਰ ਸਾਡੇ ਬਾਬਾ ਦਾਸ ਸਿੰਘ ਤਕਰੀਬਨ 4th ਪੁਸ਼ਤ ਪਹਿਲ 'ਤੇ ਮਹੰਤ ਰਘੁਨਾਥ ਜੀ। ਅੱਛਾ, ਇਹ ਸਰਦਾਰ ਰਣਜੀਤ ਸਿੰਘ ਦੇ ਨਾਲ ਵੀ ਰਹੇ ਨੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਨ? ਠੀਕ। ਇਹ ਮੇਰੇ ਵਾਲਿਦ ਨੇ, ਮਹੰਤ ਮਨੋਹਰ ਦਾਸ। ਇਹ ਮਨੋਹਰ ਦਾਸ ਸਾਹਿਬ ਦੀ ਫੋਟੋ ਹੈ? ਠੀਕ। ਇਹ ਨਾਲ ਮੇਰੀ ਤਸਵੀਰ ਹੈ ਜੀ। ਠੀਕ ਹੋ ਗਿਆ। ਇਹ ਮਹੰਤ ਸੁਰਿੰਦਰ ਨਾਥ ਮੁਲਾਪੁਰ ਵਾਲੇ, ਮਹੰਤ ਸੁਰਿੰਦਰ ਨਾਥ ਮੁਲਾਪੁਰ ਠੀਕ ਦੇ ਨਾਲ, ਮੋਜ਼ਾ ਠੀਕ ਦੇ ਨਾਲ ਮੁਲਾਪੁਰ ਹੈ। ਅੱਛਾ, ਇਹ ਉੱਥੋਂ ਦੇ ਮਹੰਤ ਸਨ, ਇਹ ਚਲੇ ਗਏ ਸੀ ਸੰਤਾਲੀ ਪਾਰਟੀਸ਼ਨ ਚਲੇ ਗਏ। ਅੱਛਾ। ਇਹਨਾਂ ਦੇ ਪਿੰਡ ਦਾ ਕੀ ਨਾਂ ਸੀ? ਮੁਲਾਪੁਰ। ਇਹ ਉੱਥੋਂ ਦੇ ਅਲੱਗ ਮਹੰਤ ਸਨ? ਉਹਨਾਂ ਦਾ ਵੀ ਵੱਡਾ ਡੇਰਾ ਤੁਹਾਡੇ? ਜੀ ਬਿਲਕੁਲ, ਉਹ ਤਾਂ ਕਾਫੀ ਵੱਡਾ ਸੀ। ਅੱਛਾ। ਇਹ ਇੱਕ ਡੇਰਾ ਮਹਿਦੀਪੁਰ ਦੇ ਵਿੱਚ ਵੀ ਇਸਦਾ ਜ਼ਿਕਰ ਆਉਂਦਾ ਹੈ, ਉੱਥੇ ਵੀ ਕੋਈ ਡੇਰਾ ਹੈ ਸੀ? ਡੇਰਾ ਉਹ ਤਾਂ ਜ਼ਹਿਰ ਹੈ, ਉਦਾਸੀਆਂ ਦੇ ਕਾਫੀ ਡੇਰੇ ਸਨ, ਖਾਸ ਕਰ ਤਹਿਸੀਲ ਕਸੂਰ, ਉਕਾੜਾ, ਜ਼ਿਲ੍ਹਾ ਮੈਂਟਕੁਮਰੀ ਵਗੈਰਾ, ਇਹ ਤਾਂ ਬਹੁਤ ਜ਼ਿਆਦਾ ਸਨ, ਡੇਰੇ ਜ਼ਿਆਦਾ ਸਨ। ਜੀ ਹਾਂ। ਸਹੀ। ਔਰ ਉਸ ਤੋਂ ਬਾਅਦ ਤੁਹਾਡੀ ਫੋਟੋ ਮੇਰੀ ਔਰ ਮੇਰੇ ਬੇਟਾ ਨਾਲ? ਅੱਛਾ, ਅੱਗੇ ਤੁਹਾਡੇ ਪੋਤੇ ਦੀ ਜਨਰੇਸ਼ਨ ਤੁਸੀਂ ਇੱਕ ਪੂਰੀ ਲਗਾਈ ਗਈ ਹੈ? ਠੀਕ। ਅੱਛਾ, ਇਹ ਵੇਖੋ ਨਾ, ਇਹ ਹੁਣ ਇਹੋ ਜਿਹੀਆਂ ਇੰਟਰਵਿਊਜ਼ ਕਰਨ ਦਾ ਜਾਂ ਗੱਲਬਾਤ ਕਰਨ ਦਾ ਹੁਣ ਇਹ ਫਾਇਦਾ ਹੁੰਦਾ ਕਿ ਅਸੀਂ ਲਾਸਟ ਟਾਈਮ ਡੇਰੇ ਦਾ ਜ਼ਿਕਰ ਕੀਤਾ ਸੀ ਮੁਹੰਮਦੀਪੁਰਾ ਦੇ ਵਿੱਚ, ਲੇਕਿਨ ਇਹਨਾਂ ਨੇ ਅੱਜ ਇੱਕ ਹੋਰ ਸਾਨੂੰ ਪਿੰਡ ਦੱਸਤਾ, ਮੁਲਾਪੁਰ। ਹਜੇ ਵੀ ਉਹ ਡੇਰਾ ਮੌਜੂਦ ਹੈ ਉੱਥੇ? ਜੀ ਉੱਥੇ ਵਾਕਿਆਤ ਹੋਣਗੇ, ਵਾਕਿਆਤ ਹੈ ਉੱਥੇ। ਚਲੋ ਆਪਾਂ ਉੱਥੇ ਵੀ ਕੋਸ਼ਿਸ਼ ਕਰਾਂਗੇ। ਇਹ ਜੀ ਪੌੜੀਆਂ ਉੱਪਰ ਜਾਣ ਵਾਸਤੇ? ਅੱਛਾ, ਉੱਪਰ ਜਾ ਸਕਦੇ ਹਾਂ? ਜੀ ਬਿਲਕੁਲ। ਇਹ ਵੇਖੋ ਜੀ, ਪੌੜੀਆਂ ਦੇ ਵਿੱਚ ਵੀ ਬਿਲਕੁਲ ਇਹ ਪੁਰਾਣੀ ਜਿਹੜੀ ਇੱਟ ਦਾ ਇਸਤੇਮਾਲ ਕੀਤਾ ਗਿਆ ਡੇਰੇ ਦੇ ਬਿਲਕੁਲ ਉੱਪਰ ਆ ਗਏ ਜੋ ਪਹਿਲੇ ਬਣਿਆ ਹੋਇਆ ਸੀ।
ਇੱਥੋਂ ਨਜ਼ਰ ਆਉਂਦਾ ਹੈ ਸਮਾਧ? ਹਾਂਜੀ, ਹਾਂ ਇਹ ਸਮਾਧ ਹੈ। ਠੀਕ ਠੀਕ ਠੀਕ, ਇਹ ਤੁਸੀਂ ਉੱਪਰੋਂ ਵੀ ਵੇਖ ਸਕਦੇ ਹੋ ਸਮਾਧ ਨੂੰ, ਸੀੜੀਆਂ ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ। ਹਾਂਜੀ ਠੀਕ, ਇੱਧਰ ਆ ਜਾਓ ਸੀੜੀਆਂ। ਅਸੀਂ ਬਿਲਕੁਲ ਡੇਰੇ ਦੇ ਬਿਲਕੁਲ ਹੁਣ ਉੱਪਰ ਆ ਗਏ, ਔਰ ਇਹਦੇ ਨਾਲ ਹੀ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਮਾਧ ਪੁਰਾਣੀ ਮੌਜੂਦ ਹੈ। ਆਪਾਂ ਦੂਸਰੇ ਪਾਸਿਓਂ ਜਾ ਕੇ, ਕਿਉਂਕਿ ਬਜ਼ੁਰਗਾਂ ਨੇ ਵੀ ਦੱਸਿਆ ਕਿ 61 ਤੱਕ ਇੱਕ ਉਕਾਲੇ 'ਚ ਰਹੇ ਅਤੇ ਇੱਥੇ ਕਾਫੀ ਜ਼ਿਆਦਾ ਜਿਹੜੀ ਹੈ ਉਹ ਕਬਜ਼ੇ ਵਗੈਰਾ ਹੋ ਗਏ। ਮੇਰੇ ਖਿਆਲ ਡੇਰੇ ਦੇ ਅੰਦਰ ਹੀ ਸੀ, ਲੇਕਿਨ ਲੋਕ ਮੁਕੀਮ ਹੋ ਗਏ, ਆਬਾਦ ਹੋ ਗਏ। ਜਦੋਂ ਚੜ੍ਹਦੇ ਬੰਨੇ ਲੋਕ ਵਿਚਾਰੇ ਆਏ ਨੇ ਉਜੜ ਪੁਜੜ ਕੇ, ਅਤੇ ਵਿਚਾਰਿਆਂ ਨੂੰ ਜਿੱਥੇ ਥਾਂ ਮਿਲੀ। ਆਪਾਂ ਕਿਸੇ ਨੂੰ ਇੱਥੇ ਗਲਤ ਵੀ ਨਹੀਂ ਕਹਿ ਸਕਦੇ, ਕਿਉਂਕਿ ਉਸ ਵੇਲੇ ਵਕਤ ਹੀ ਐਸਾ ਬਣ ਗਿਆ। ਜੇ ਲੋਕ ਉਜੜਦੇ ਨਾ, ਆਪੋ ਆਪਣੇ ਘਰਾਂ 'ਚ ਬੈਠੇ ਰਹਿੰਦੇ, ਤਾਂ ਸ਼ਾਇਦ ਇਹੋ ਜਿਹੇ ਜਿਹੜੀਆਂ ਥਾਵਾਂ ਨੇ ਉਹ ਕਦੀ ਬਰਬਾਦ ਹੀ ਨਾ ਹੁੰਦੀਆਂ। ਸੋ ਇਹ ਇੱਕ ਬਹੁਤ ਹੀ ਦੁਖਾਂਤ ਪੰਨਾ ਹੈ 47 ਦਾ। ਸੋ ਅਸੀਂ ਹੁਣ ਦੂਜੇ ਬੰਨੇ ਜਾਵਾਂਗੇ, ਥੱਲਿਓਂ ਵੀ ਸਮਾਧ ਨੂੰ ਵੇਖਦੇ ਹਾਂ, ਅੰਦਰੋਂ ਵੀ ਵੇਖਦੇ ਹਾਂ ਕਿ ਇਹ ਨਾਲੇ ਪੁੱਛਾਂਗੇ ਕਿ ਇਹ ਸਮਾਧ ਕਿੰਨਾ। ਸੋ ਇਹ ਨਿੰਮ ਵੀ ਬੜੀ ਪੁਰਾਣੀ। ਅੱਛਾ, ਇਹ ਹੁਣ ਆ ਕੇ ਖੁਸ਼ਕ, ਇਹ ਸਾਰੇ ਦਰਖਤ ਵਗੈਰਾ ਤੁਹਾਡੇ ਡੇਰੇ 'ਚ ਹੀ ਨੇ ਜੀ? ਅੱਛਾ ਅੱਛਾ, ਪਿੱਛੇ ਇੱਕ ਮਸਜਿਦ ਬਣਾਈ ਹੋਈ ਹੈ ਜੀ? ਹਾਂ। ਅਤੇ ਇਹ ਡੇਰੇ ਦੇ ਨਾਲ ਨਹੀਂ ਸੀਗਾ ਇਹਦਾ ਲਿੰਕ? ਲਿੰਕ ਬਿਲਕੁਲ ਨਜ਼ਦੀਕ ਸੀ, ਕਿਉਂਕਿ ਮਕਾਨ ਪਿੱਛੇ ਸਨ, ਮਕਾਨ ਦੇ ਨਾਲ ਲੱਗੇ ਲਿੰਕ ਸੀ। ਅੱਛਾ ਅੱਛਾ ਜੀ। ਹਾਂ, ਅਤੇ ਉਹ ਬੈਰੋ ਮਕਾਨ ਦੀ ਛੱਤ ਪੈਣ ਦੇ ਉੱਤੇ ਵਿਚਾਰਾ ਜਾ ਸਕਦਾ। ਅੱਛਾ ਅੱਛਾ, ਕਿੰਨੀ ਆਮ ਗੁਜ਼ਰਦਾ ਸੀ, ਮਗਰ ਕਿਉਂਕਿ ਅਸਲ ਜਿਹੜਾ ਨਾ ਉਹ ਮੇਨ ਗੇਟ ਉੱਧਰ ਹੀ ਖੁੱਲ੍ਹਦਾ ਸੀ, ਇਹ ਮੇਨ ਗੇਟ ਨਹੀਂ ਹੈ। ਅੱਛਾ, ਇਹਦੇ ਅੱਗੇ ਡਿਊਟੀ ਸੀ, ਡਿਊਟੀ ਤੋਂ ਅੱਗੇ ਮੇਨ ਗੇਟ ਦਾ ਸੀ, ਉਹ ਮਸ਼ਰਕ ਨੂੰ ਸੀ ਖੁੱਲ੍ਹਦਾ। ਅੱਛਾ, ਪਹਿਲੇ ਵੈਸੇ ਸਾਰਾ ਤਾਂ ਹੈ ਤਾਂ ਇੱਕ ਹੀ ਸੀ, ਇਸੇ ਦਾ ਹਿੱਸਾ ਸੀ ਜੀ? ਸਾਰਾ ਇਸੇ। ਇਹ ਜੀ ਲੈਂਦੇ ਪੰਜਾਬ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿ ਅਮੂਮਨ ਆਪਾਂ ਵੇਖਦੇ ਹਾਂ ਕਿ ਮੈਂ ਆਪਣੇ ਨਨਕਾਣਾ ਸਾਹਿਬ ਸ਼ਹਿਰ ਦੀ ਗੱਲ ਕਰਾਂ, ਅਤੇ ਭਰਤੀਆਂ ਪਾ ਪਾ ਕੇ ਸ਼ਹਿਰ ਉੱਚਾ ਕਰ ਦਿੰਦਾ। ਹੁਣ ਨਨਕਾਣਾ 60 ਗੁਰਦੁਆਰੇ ਨੇ, ਹੋਰ ਪੁਰਾਣੀਆਂ ਐਸੀਆਂ ਥਾਵਾਂ ਨੇ, ਹੁਣ ਉਹ ਸ਼ਹਿਰ ਉਹ ਉੱਪਰ ਕਰ ਰਹੇ ਨੇ ਬਗੈਰ ਕਿਸੇ ਸਿਸਟਮ ਤੋਂ, ਜਿਹਦੇ ਰਾਹੀਂ ਕੀ ਹੋ ਰਿਹਾ, ਗੁਰਦੁਆਰੇ ਥੱਲੇ ਹੋ ਰਹੇ ਨੇ, ਬਾਰਿਸ਼ਾਂ ਹੁੰਦੀਆਂ ਨੇ, ਪਾਣੀ ਫਿਰ ਇਮਾਰਤਾਂ ਨੂੰ ਖਰਾਬ ਕਰਦਾ। ਹੁਣ ਇੱਥੇ ਵੀ ਐਸਾ ਹੀ ਚੀਜ਼ ਸੇਮ ਹੋ ਰਹੀ ਹੈ। ਇਹ ਕਿਸੇ ਦੌਰ 'ਚ ਮੇਰਾ ਖਿਆਲ ਹੈ ਕਿ ਇਹ ਹੋ ਸਕਦਾ ਕਿ ਪਿੰਡ ਤੋਂ ਸਭ ਤੋਂ ਉੱਚੀ ਜਗ੍ਹਾ ਸੀ, ਪਿੰਡ ਦੀ ਸਭ ਤੋਂ ਉੱਚੀ ਜਗ੍ਹਾ, ਇਸ ਵਕਤ ਨੀਵੀਂ ਹੈ, ਸਭ ਤੋਂ ਨੀਵੀਂ ਜਗ੍ਹਾ ਹੋ ਗਈ। ਸੋ ਇਹ ਗੱਲ ਆਪਾਂ ਅਕਸਰ ਕਰਦੇ ਰਹਿੰਦੇ ਹਾਂ ਕਿ ਦੇਖੋ ਬਾਹਰਲੇ ਮੁਲਕਾਂ 'ਚ ਅਸੀਂ ਕੋਈ ਐਸਾ ਸਿਸਟਮ ਨਹੀਂ ਵੇਖਿਆ, ਉੱਥੇ ਹੀ ਲੋਕ ਦੁਬਾਰਾ ਸੜਕਾਂ ਪਾ ਦਿੰਦੇ ਸਨ, ਉੱਥੇ ਹੀ ਲੋਕ ਦੁਬਾਰਾ ਉਸੇ ਜਗ੍ਹਾ 'ਤੇ ਕਰ ਦਿੰਦੇ, ਲੇਕਿਨ ਸਿਸਟਮ ਹੈ ਨਹੀਂ। ਉਹਦੀ ਵਜ੍ਹਾ ਤੋਂ ਜਿਹੜੀਆਂ ਪੁਰਾਣਾ ਵਸੇਬ ਹੈ, ਪੁਰਾਣਾ ਕਲਚਰ ਹੈ, ਇਹ ਮੈਂ ਇਸ ਕਰਕੇ ਹਰ ਵੀਡੀਓ 'ਚ ਦੱਸਾਂਗਾ ਤਾਂ ਕਿ ਸਾਡੇ ਦੱਸਣ ਦੇ ਨਾਲ ਅਗਰ ਕੋਈ ਇੱਕ ਇਮਾਰਤ ਵੀ ਬਚ ਗਈ ਤਾਂ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗੇ। ਦੱਸਣ ਦਾ ਮਕਸਦ ਇਹ ਹੈ ਕਿ ਇਹ ਇਹੋ ਜਿਹੀਆਂ ਇਮਾਰਤਾਂ ਜਿਹੜੀਆਂ ਨੇ ਬਿਲਕੁਲ ਖਤਮ ਹੋ ਜਾਂਦੀਆਂ ਨੇ। ਇਹ ਪਤਾ ਨਹੀਂ, ਬਜ਼ੁਰਗਾਂ ਨੇ, ਭਾਈ ਸਾਹਿਬ ਨੇ ਵੀ ਦੱਸਿਆ ਕਿ ਲਗਭਗ 200-300 ਸਾਲ ਪੁਰਾਣੀ ਇਹ ਇਮਾਰਤ ਹੈ, ਲੇਕਿਨ ਇਹ ਹੁਣ ਸਰਵਾਈਵ ਨਹੀਂ ਕਰ ਸਕਦੀ। ਉਹਦੀ ਵਜ੍ਹਾ ਇਹ ਹੈ ਕਿ ਬਹੁਤ ਨੀਵੀਂ ਹੋ ਗਈ ਹੈ। ਸੋ ਜ਼ਾਹਰ ਹੈ ਇੱਥੇ ਫਿਰ ਬਾਰਿਸ਼ ਦਾ ਪਾਣੀ, ਪਿੰਡ ਦਾ ਪਾਣੀ, ਨਿਕਾਸੀ ਦਾ ਕੰਮ ਤਾਂ ਇੰਨਾ ਖਾਸ ਹੈ ਨਹੀਂ, ਸੋ ਇਹ ਬੜੀ ਪ੍ਰੋਬਲਮ ਹੁੰਦੀ ਹੈ। ਸੋ ਇਹ ਦੱਸਣ ਦਾ ਮਕਸਦ ਸਾਡਾ ਇਹੀ ਹੈ ਕਿ ਜਦੋਂ ਵੀ ਪਿੰਡ ਆਬਾਦ ਕਰੋ ਜਾਂ ਪਿੰਡ ਨੂੰ ਉੱਚਾ ਨੀਵਾਂ ਕਰੋ, ਤਾਂ ਇਸ ਚੀਜ਼ ਦਾ ਕਾਫੀ ਖਿਆਲ ਰੱਖਿਆ ਜਾਵੇ ਕਿ ਜਿਹੜੇ ਇਹੋ ਜਿਹੇ ਮਕਾਮਾਤ ਨੇ ਉਹ ਖਰਾਬ ਨਾ ਹੋਣ। ਮੈਂ ਉੱਪਰੋਂ ਵੇਖ ਰਿਹਾ ਸੀ ਕਿ ਸਮਾਧ ਵੀ ਕਾਫੀ ਨੀਵੀਂ ਚਲੀ ਗਈ ਹੈ, ਸੋ ਉੱਧਰ ਵੀ ਆਪਾਂ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ। ਲਓ ਜੀ, ਅਸੀਂ ਇਸ ਵੇਲੇ ਬਿਲਕੁਲ ਸਮਾਧ ਦੇ ਕਰੀਬ ਪਹੁੰਚ ਗਏ ਹਾਂ, ਔਰ ਸਮਾਧ ਦੇ ਉੱਪਰ ਬਹੁਤ ਸਾਰੇ ਫਰੈਸਕੋਸ ਬਣੇ ਹੋਏ ਨੇ ਦੀਵਾਰ ਦੇ ਉੱਪਰ, ਤੁਸੀਂ ਵੇਖ ਸਕਦੇ ਹੋ। ਇਹ ਫਰੈਸਕੋਸ ਅਮੂਮਨ ਮੈਂ ਵੇਖਿਆ ਸਮਾਧਾਂ ਦੇ ਉੱਪਰ ਕਾਫੀ ਫਰੈਸਕੋਸ ਬਣੇ ਹੁੰਦੇ ਨੇ, ਵੇਖ ਲਓ ਇੱਧਰ ਉੱਪਰ, ਅਤੇ ਅਮੂਮਨ ਲੋਕ ਇਹਦੇ ਉੱਪਰ ਲਿਖਾਈ ਕਰ ਦਿੰਦੇ ਆ ਕਿ ਪਤਾ ਨਹੀਂ ਇਹ ਕੀ ਚੀਜ਼ ਬਣੀ ਹੈ।
ਅਤੇ ਪੁਰਾਣੇ ਜ਼ਮਾਨੇ 'ਚ ਜਦੋਂ ਤਸਵੀਰ ਦਾ ਕੋਨਸੈਪਟ ਨਹੀਂ ਹੁੰਦਾ ਸੀ, ਅਗਰ ਤੁਸੀਂ ਬਾਹਰਲੇ ਮੁਲਕਾਂ 'ਚ ਚਲ ਜਾਓ ਤਾਂ ਉੱਥੇ ਵੀ ਫਰੈਸਕੋਜ਼ ਦੀ ਜਿਹੜੀ ਸੀ ਉਹ ਤੁਹਾਨੂੰ ਵਾਕਿਆ ਜ਼ਰੂਰ ਮਿਲਦੀਆਂ ਨੇ। ਜਦੋਂ ਤਸਵੀਰ ਦਾ ਕੋਨਸੈਪਟ ਪੰਜਾਬ 'ਚ ਨਹੀਂ ਹੁੰਦਾ ਸੀ, ਅਗਰ ਤੁਸੀਂ ਪੁਰਾਣੀ ਕੋਈ ਤਸਵੀਰ ਵੇਖਣਾ ਚਾਹੁੰਦੇ ਹੋ ਤਾਂ ਪ੍ਰਿੰਸਿਸ ਬੋਂਬਾ ਦਾ ਇੱਕ ਮਹਿਲ ਹੈ, ਉਹਦੇ 'ਚ ਤੁਹਾਨੂੰ ਪੁਰਾਣੀਆਂ ਤਸਵੀਰਾਂ ਮਿਲ ਜਾਣਗੀਆਂ। ਅਗਰ ਉਸ ਤੋਂ ਪਹਿਲੇ ਤੁਸੀਂ ਇੱਥੇ ਦਾ ਜੋ ਟਰੈਂਡ ਸੀ ਲੈਂਦੇ ਪੰਜਾਬ ਦਾ, ਉਹਦੇ ਵਿੱਚ ਫਰੈਸਕੋਜ਼ ਦਾ ਟਰੈਂਡ ਬਹੁਤ ਜ਼ਿਆਦਾ ਸੀ। ਚੜ੍ਹਦੇ ਪੰਜਾਬ 'ਚ ਐਸੀਆਂ ਇਮਾਰਤਾਂ ਤੁਹਾਨੂੰ ਨਹੀਂ ਮਿਲਣਗੀਆਂ, ਲੈਂਦੇ ਪੰਜਾਬ 'ਚ ਤੁਹਾਨੂੰ ਬੇਸ਼ੁਮਾਰ ਇਮਾਰਤਾਂ ਮਿਲ ਜਾਣਗੀਆਂ, ਲੇਕਿਨ ਮੁਕੰਮਲ ਸਹੀ ਹਾਲਤ ਦੇ ਵਿੱਚ ਨਹੀਂ। ਇਹ ਵੇਖੋ ਇੱਥੋਂ ਵੀ ਫਰੈਸਕੋਜ਼ ਬਣੇ ਨੇ, ਇਹਦੀ ਸਾਈਡਾਂ ਤੋਂ ਬਹੁਤ ਅੱਛੀ ਪੇਂਟਿੰਗ ਕੀਤੀ ਗਈ ਹੈ। ਇਹ ਪੁਰਾਣੇ ਦੌਰ 'ਚ ਇੱਕ ਕਾਰਾਗਰੀ, ਇੱਕ ਫਨ ਇਸ ਚੀਜ਼ ਨੂੰ ਸਮਝਿਆ ਜਾਂਦਾ ਸੀ। ਪੂਰੇ ਗੁੰਬਦ ਦੇ ਉੱਪਰ ਮੇਰਾ ਖਿਆਲ ਹੈ ਉੱਪਰ ਉਹ ਸ਼ਤੀਰ ਜਿਹਾ ਲੱਗਾ, ਇਹਦੇ ਉੱਪਰ ਕਲਸ ਵੀ ਲੱਗਾ ਸੀ ਜੀ। ਕਲਸ ਲੱਗਾ ਸੀ। ਇਹ ਕਿੰਨੀ ਦੇਰ ਤੱਕ ਕਲਸ ਲੱਗਾ ਹੋਇਆ ਸੀ? ਇਹ ਤਕਰੀਬਨ 70 ਤੱਕ ਰਿਹਾ। ਅੱਛਾ, 70 ਤੱਕ ਹੈ ਸੀ, ਠੀਕ ਹੈ। ਇਹ ਇਹਦੇ ਅੰਦਰ ਤਾਂ ਕਾਫੀ ਹਨੇਰਾ ਹੈ ਹੁਣ ਤੇ। ਅੱਛਾ, ਇਹ ਕਾਫੀ ਉੱਚੀ ਜਗ੍ਹਾ ਸੀ, ਇੱਥੇ ਸੀੜੀਆਂ ਸਨ। ਤੁਸੀਂ ਇੱਧਰ ਆ ਜਾਓ, ਸੀਧਰ ਸੀੜੀਆਂ ਤੋਂ ਚੜ੍ਹ ਕੇ ਉੱਤੇ ਆਣਾ ਪੈਂਦਾ ਸੀ। ਇੰਨਾ ਉੱਚਾ ਸੀ, ਹੁਣ ਤੁਸੀਂ ਦੇਖ ਲਓ ਕਿੰਨਾ ਗਹਿਰਾਈ ਚਲੀ। ਹਾਂ, ਹੁਣ ਤੇ 6 ਸਟੈਪ ਮੇਰੇ ਖਿਆਲ ਥੱਲੇ ਜਾਣਾ ਪੈਂਦਾ। ਇਹ ਅੱਛਾ, ਕਿਹਨਾਂ ਦੀ ਯਾਦ ਦੇ ਵਿੱਚ ਸੀ? ਇਹ ਯਾਦ ਨਹੀਂ, ਸਿਰਫ ਇਬਾਦਤਗਾਹ ਸੀ। ਇਬਾਦਤਗਾਹ ਸੀ, ਸਮਾਧ ਸੀ, ਅੰਦਰ ਸਮਾਧੀ ਲਾਂਦੇ ਸੀ ਜੀ। ਹਾਂ, ਬਿਲਕੁਲ। ਇਹ ਕਦੋਂ ਦੀ ਬਣੀ ਹੋਈ ਹੈ ਕੋਈ ਤੁਹਾਨੂੰ? ਮੇਰਾ ਖਿਆਲ ਕਿ ਜਦੋਂ ਤਾਂ ਪਿੰਡ ਆਬਾਦ ਹੋਇਆ ਉਦੋਂ ਦੀ। ਅੱਛਾ, ਡੇਰਾ ਤੇ ਦੋਨੋਂ ਚੀਜ਼ ਇਕੱਠੀ ਬਣੀਆਂ, ਮਤਲਬ 300 ਸਾਲ ਤਕਰੀਬਨ। ਤਕਰੀਬਨ ਜ਼ਿਆਦਾ ਵੀ ਹੋ ਸਕਦੇ ਨੇ, ਘੱਟ ਵੀ ਹੋ ਸਕਦੇ। ਠੀਕ ਹੈ, ਤੇ ਇਹਦੇ 'ਚ ਪਹਿਲੀ ਸਮਾਧੀ ਤੁਹਾਡੇ ਫਿਰ ਇਹੋ ਹੀ ਜਾਂਦੀ ਸੀ? ਅੱਛਾ ਅੱਛਾ। ਪਿੰਡ 'ਚ ਇਸ ਤੋਂ ਇਲਾਵਾ ਵੀ ਕੋਈ ਪੁਰਾਣੀ ਜਗ੍ਹਾ ਨਹੀਂ? ਕੋਈ ਨਹੀਂ। ਸਹੀ, ਹੁਣ ਆਪਾਂ ਅੰਦਰ ਵੀ ਇਹੀ ਗੱਲ ਕਰ ਰਹੇ ਸੀ। ਇਹ ਵੇਖੋ ਤੁਸੀਂ ਕਿ ਜਦੋਂ ਪਿੰਡ ਉੱਚਾ ਹੋ ਗਿਆ, ਹੁਣ ਇੱਥੇ ਤੱਕ ਜ਼ਮੀਨ ਬੋਸ ਹੋ ਚੁੱਕੀ ਹੈ ਜੀ। ਬਿਲਕੁਲ। ਅਤੇ ਉਹ ਫਿਰ ਸੇਮ ਥੋਰ ਉੱਪਰ ਤੱਕ ਆ ਜਾਂਦੀ ਹੈ, ਇਹ ਉਹਨਾਂ ਨੇ ਅੱਗੇ ਸੀਮਟ ਕਰਤਾ। ਚਲੋ, ਬਚਤ ਤਾਂ ਹੋ ਜਾਏਗੀ, ਲੇਕਿਨ ਉਹ ਜਿਹੜੀ ਪੁਰਾਣੀ ਇੱਕ ਹੂੰਦ ਹੈ ਬਿਲਡਿੰਗ ਦੀ, ਉਹ ਖਤਮ ਹੋ ਜਾਂਦੀ ਹੈ। ਅੰਦਰ ਜਾ ਸਕਦੇ ਹੋ? ਹਾਂ, ਜਾ ਅੰਦਰ। ਹਾਂ, ਇਹ ਵੇਖੋ ਜੀ, ਉੱਪਰ ਤੁਹਾਨੂੰ ਸੰਤਾਂ ਦੀ, ਮਹੰਤਾਂ ਦੀ ਜਿਹੜੀ ਫੋਟੋਜ਼ ਨੇ ਉਹ ਨਜ਼ਰ ਆ ਜਾਣਗੀਆਂ। ਕਾਫੀ ਇੱਥੇ ਪੌਂਡ ਹੈਗੇ ਆ, ਅਤੇ ਆਪਾਂ ਵੀ ਬਚ ਕੇ, ਕਿਉਂਕਿ ਸਾਡੇ ਨਾਲ ਕਈ ਵਾਰੀ ਪੁਰਾਣੀਆਂ ਇਹੋ ਜਗ੍ਹਾਵਾਂ 'ਤੇ ਕਈ ਵਾਰੀ ਹੋਇਆ ਵਾ। ਅਤੇ ਸਾਈਡਾਂ 'ਤੇ, ਚੂੰਕਿ ਮੈਂ ਅਕਸਰ ਕਹਿੰਦਾ ਕਿ ਇਹ ਵੇਖੋ ਤੁਸੀਂ, ਉਸ ਵੇਲੇ ਬਿਜਲੀ ਦਾ ਸਿਸਟਮ ਨਹੀਂ ਸੀ, ਇਹਦੇ 'ਚ ਦੀਵਾ ਰੱਖ ਕੇ ਅਤੇ ਰੋਸ਼ਨੀ ਨੂੰ ਜਿਹੜਾ ਹੈ ਨਾ ਉਹ ਰਾਤ ਵੇਲੇ ਕੀਤਾ ਜਾਂਦਾ ਸੀ। ਲੇਕਿਨ ਅਗਰ ਤੁਸੀਂ ਵੇਖੋ ਇਹ ਫਰੈਸਕੋਜ਼ ਉੱਪਰ, ਔਰ ਇਹ ਵੇਖੋ ਉੱਪਰ ਫਰੈਸਕੋਜ਼, ਕਿ ਕਿਤਨੀ ਬਾਕਮਾਲ ਔਰ ਕਿਤਨੀ ਉਸ ਵੇਲੇ ਮਹਾਰਤ ਦੇ ਨਾਲ ਇਸ ਚੀਜ਼ ਨੂੰ ਬਣਾਇਆ ਗਿਆ ਸੀ। ਲੇਕਿਨ ਇਹਦੇ ਉੱਪਰ ਸਮਟਾਈਮਸ ਲੋਕ ਇਸ ਇਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ ਕਿ ਲੋਕ ਇਹਨਾਂ ਚੀਜ਼ਾਂ ਤੋਂ ਕਾਫੀ ਨਫ਼ਰਤ ਕਰਦੇ ਨੇ, ਅਤੇ ਉਹ ਨਫ਼ਰਤ ਦੀ ਵਜ੍ਹਾ ਤੋਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਟਾਉਣੀਆਂ ਪਈਆਂ। ਸੋ ਇਹ ਵੇਖੋ ਤੁਸੀਂ ਸਾਹਮਣੇ, ਸੋ ਆਹ ਦਰਵਾਜ਼ਿਆਂ ਦੇ ਉੱਪਰ। ਅੱਜ ਅਸੀਂ ਆਏ ਸੀ ਪਿੰਡ ਸੈਦਪੁਰ, ਔਰ ਸੈਦਪੁਰ ਦੇ ਵਿੱਚ ਅਸੀਂ ਤਾਰੀਖੀ ਮੁਕਾਮਾਤ ਜਿਹੜੇ ਨੇ ਉਹ ਵੇਖੇ। ਇਹ ਉਹ ਮੁਕਾਮਾਤ ਨੇ ਜਿਹੜੇ, ਦੇਖੋ ਹੁਣ ਹਿੰਦੂ ਜਾਂ ਸਿੱਖ ਲੋਕ ਇੱਥੇ ਜਾ ਚੁੱਕੇ ਨੇ, ਇਹ ਤਾਰੀਖ ਹੁਣ, ਇਹ ਵਿਰਸਾ ਹੁਣ ਪਾਕਿਸਤਾਨ ਦਾ ਹੈ, ਇਸ ਧਰਤੀ ਦਾ ਵਿਰਸਾ ਹੈ। ਇਹ ਹੁਣ ਇਸ ਧਰਤੀ ਦੇ ਵਾਸੀਆਂ 'ਤੇ ਡਿਪੈਂਡ ਕਰਦਾ ਕਿ ਉਹ ਇਹਨੂੰ ਬਚਾਉਣਾ ਚਾਹੁੰਦੇ ਨੇ ਜਾਂ ਨਹੀਂ। ਅਗਰ ਉਹ ਖਤਮ ਕਰਨਗੇ ਤਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਵੀ ਸ਼ਾਮਿਲ ਹੋਏਗਾ ਕਿ ਇਹ ਤਾਰੀਖ ਦੇ ਪੰਨੇ ਜਿਹੜੇ ਨੇ ਇਹਨਾਂ ਲੋਕਾਂ ਨੇ ਖਤਮ ਕੀਤੇ ਆਪ। ਮੈਂ ਪਿਛਲੇ ਦਿਨਾਂ ਸਪੇਨ ਗਿਆ ਸੀ ਅਤੇ ਮੈਂ ਵੇਖਿਆ ਕਿ ਉੱਥੇ ਮੁਸਲਿਮ ਤਾਰੀਖ ਹਜੇ ਵੀ ਮੌਜੂਦ ਹੈ। ਉਸਮਾਨੀਆ ਸਲਤਨਤ, ਮੈਂ ਪੂਰੀ ਸੀਰੀਅਲ ਇਹਦੇ ਉੱਪਰ ਕਰਾਂਗਾ ਕਿ ਕਿਸ ਤਰ੍ਹਾਂ ਉਸਮਾਨੀਆ ਸਲਤਨਤ ਜਿਹੜੀ ਹੈ ਉੱਥੇ ਤੱਕ ਪਹੁੰਚੀ।